ਬਿਲਾਸਪੁਰ ਦੇ ਇੱਕ ਨੌਜਵਾਨ ਨੂੰ ਸਿਫਟ ਕਾਰ ਵਿੱਚ ਸਵਾਰ ਕਰਕੇ ਕੁਝ ਨੌਜਵਾਨ ਵੱਲੋਂ ਕਿਡਨੈਪ ਕੀਤਾ ਗਿਆ ਅਤੇ ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਹ ਲੋਕ ਨੌਜਵਾਨ ਨੂੰ ਕਿਡਨੈਪ ਕਰਕੇ ਸ਼ਹਿਰੋਂ ਬਾਹਰ ਲੈ ਕੇ ਜਾ ਰਹੇ ਸਨ, ਪਰ ਰਸਤੇ ਵਿੱਚ ਪੁਲਿਸ ਨਾਕਾ ਹੋਣ ਦੇ ਤਹਿਤ ਇਹਨਾਂ ਨੂੰ ਉੱਤੇ ਹੀ ਕਾਬੂ ਕਰ ਲਿਆ ਗਿਆ। ਇਸ ਸੰਬੰਧੀ ਪੀੜਤ ਕ੍ਰਿਸ਼ ਸ਼ਰਮਾ ਨੇ ਦੱਸਿਆ ਕਿ ਉਹ ਦੋਸਤ ਦੇ ਘਰੋਂ ਵਾਪਿਸ ਆ ਰਿਹਾ ਸੀ ਅਤੇ ਰਸਤੇ ਵਿੱਚ ਹੀ ਸ਼ਿਫਟ ਗੱਡੀ ਪਿੱਛੇ ਲੱਗ ਗਈ ਅਤੇ ਰਸਤੇ ਵਿੱਚ ਹੀ ਉਸਨੂੰ ਕਿਡਨੈਪ ਕਰ ਲਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ DSP ਸਿਟੀ ਸੁਖਪਾਲ ਸਿੰਘ ਜੀ ਨੇ ਕਿਹਾ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੀੜਿਤ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ। ਬਿਊਰੋ ਰਿਪੋਰਟ, ਲਾਈਵ ਭਾਰਤ। ਕਿੱਥੋਂ ਦੇ ਰਹਿਣ ਵਾਲੇ ਜੀ, ਤੇ ਕੀ ਗੱਲ ਹੋਈ? ਸਰ, ਮੇਰਾ ਨਾਮ ਸ਼ੋਭ ਲਤਾ ਹੈ, ਪੁਲਿਸ ਲਾਈਨ ਕੁਆਟਰ ਨੰਬਰ 19A। ਸਰ, ਉਹ ਗੱਲ ਦਾ ਮੈਨੂੰ ਨਹੀਂ ਪਤਾ, ਮੈਨੂੰ 3:15 ਫੋਨ ਆਇਆ ਕਥਲੋਡ ਨਾਕੇ ਤੋਂ। ਹਾਂਜੀ, ਉਹਨਾਂ ਨੇ ਦੱਸਿਆ ਵੀ ਇੱਦਾਂ ਦਾ ਤੁਹਾਡੇ ਬੇਟੇ ਦੇ ਸੱਟਾਂ ਲੱਗ ਗਈਆਂ ਅਤੇ ਲੱਗੀ ਰਹੀਆਂ ਅਤੇ ਉਹਨੂੰ ਲੈ ਕੇ ਜਾ ਰਹੇ ਆ ਜੰਮੂ ਸਾਈਡ ਕਿਡਨੈਪ ਕਰਕੇ। ਹਾਂਜੀ ਹਾਂਜੀ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ? ਉਸ ਤੋਂ ਬਾਅਦ ਸਰ ਮੈਂ ਗਈ ਹਾਂ, ਕੋਈ 5 ਵਜੇ ਗਈ ਹਾਂ ਹੋਸਪਿਟਲ। ਉਹਨਾਂ ਨੇ ਕਿਹਾ ਵੀ ਸਰਕਾਰੀ ਹੋਸਪਿਟਲ ਲੈ ਕੇ ਚੱਲੇ ਹਾਂ ਮੈਡਮ, ਅਸੀਂ ਤੁਸੀਂ ਉੱਥੇ ਆ। ਸਰ, ਬੇਟਾ ਉਸ ਟਾਈਮ 'ਤੇ ਉਹਨੂੰ ਟ੍ਰੀਟਮੈਂਟ ਕਰਾ ਕੇ ਉਹ ਥਾਣੇ ਲੈ ਕੇ ਗਈ। ਫਿਰ ਮੈਂ ਕਾਲ ਕੀਤੀ ਉਹਨਾਂ ਨੂੰ ਥਾਣੇ ਤਾਰਾਗੜ੍ਹ, ਉਹ ਕਹਿੰਦੇ ਵੀ ਮੈਡਮ ਇੱਥੇ ਆ ਜਾਓ ਤੁਸੀਂ ਥਾਣੇ ਆ ਜਾਓ। ਹਾਂਜੀ, ਫਿਰ ਮੈਂ ਉੱਥੇ। ਹਾਂਜੀ ਸਰ, ਇਹੋ ਹੀ ਦੱਸਿਆ ਵੀ ਇੱਦਾਂ ਇੱਦਾਂ ਕਿਡਨੈਪ ਨੂੰ ਮਾਰ ਕੁਟਾਈ ਕਰਕੇ ਅਤੇ ਕਿਡਨੈਪ ਕਰਕੇ ਲੈ ਕੇ ਜਾ ਰਹੇ। ਹਾਂਜੀ ਸਰ, ਇੱਕ ਦੋ ਜਣੇ ਨੂੰ ਜਾਣਨੀ ਹੈ। ਨਹੀਂ ਨਹੀਂ ਸਰ, ਮੈਨੂੰ ਨਹੀਂ ਪਤਾ, ਬੇਟੇ ਨੂੰ ਪਤਾ ਗੱਲ ਦਾ। ਉਧਰ ਵਾਪਸ ਆਉਂਦੇ ਪੁਲਿਸ ਲੈਣ ਆਪਣੇ, ਤੇ ਪਿੱਛੋਂ ਗੱਡੀ ਲੱਗ ਗਈ ਸਾਡੇ, ਮਗਰ ਸਵਿਫਟ ਮੈਨੂੰ ਪਤਾ ਨੀ ਕੌਣ ਆਇਆ ਕੌਣ ਨਹੀਂ। ਸਵਿਫਟ ਗੱਡੀ ਲਾਈ ਇਹਨਾਂ ਨੇ ਮਗਰ, ਤੇ ਮੈਂ ਭੱਜ ਗਿਆ, ਦੂਜਾ ਮੁੰਡਾ ਵੀ ਭੱਜ ਗਿਆ, ਦੂਜਾ ਮੁੰਡਾ ਭੱਜ ਗਿਆ ਗਲੀ 'ਚ। ਇਹ ਸਾਰੇ ਜਣੇ ਮੇਰੇ ਪਿੱਛੇ ਆ ਗਏ, ਮੇਰੇ ਪਿੱਛੇ ਆ ਗਏ ਜਤਿੰਦਰ ਹੀ ਮੁੰਡਾ, ਮੁਲਾਜ਼ਮ, ਅਤੇ ਇੱਕ ਮੁੰਡਾ ਪ੍ਰਿੰਸ ਸੀ ਮੁੰਡਾ, ਅਤੇ ਬੜਾ ਦਾ ਮੁਲਾਜ਼ਮ ਸੀ, ਉਹ ਵੀ ਮੁਲਾਜ਼ਮ ਸੀ, ਦੋਵੇਂ ਜਣੇ ਮੁਲਾਜ਼ਮ ਸੀ, ਅਤੇ ਇੱਕ ਮੁੰਡਾ ਦਲਸ਼ੇਰ ਸਿੰਘ ਨਵੀਂ ਸੀ ਬਥਵਾਲੇ ਪਿੰਡ ਦਾ, ਹਰਦੋ ਬਥਵਾਲੇ ਦਾ, ਇੱਕ ਰੇਸ਼ਮ ਸੀ ਇਹਨਾਂ ਨਾਲ, ਅਤੇ ਇੱਕ ਮੁੰਡਾ ਹੋਰ ਸੀ ਦਿਲਰਾਜ ਮਹਾਰਾਜਪੁਰ ਦਾ। ਇਹ ਸਾਰੇ ਜਣੇ ਨੇ ਮੇਰਾ ਕੁੱਟਮਾਰ ਕੀਤੀ, ਪਹਿਲਾਂ ਕੁੱਟਮਾਰ ਕਰਕੇ ਗੱਡੀ 'ਚ ਪਾ ਲਿਆ, ਗੱਡੀ 'ਚ ਪਾ ਕੇ ਮੋਟਰ 'ਤੇ ਲੈ ਗਏ, ਉੱਥੇ ਫਿਰ ਕੁੱਟਮਾਰ ਕੀਤੀ, ਉੱਥੇ ਵੀ ਕੁੱਟਮਾਰ ਕਰਕੇ, ਅਤੇ ਫਿਰ ਮੈਨੂੰ ਅੱਗੇ ਗੱਡੀ 'ਚ ਪਾ ਕੇ ਅਤੇ ਉੱਧਰ ਨੂੰ ਲੈ ਗਏ ਪਠਾਨਕੋਟ ਵਾਲੀ ਸਾਈਡ। ਇਹਨੇ ਕੀ ਨਾਂ, ਜਿਹੜਾ ਜਤਿੰਦਰ ਸੀ ਇਹਨਾਂ 'ਚ ਮੁਲਾਜ਼ਮ, ਇਹਦੇ ਕੋਲ ਆਪਣਾ ਪਿਸਤੌਲ ਸੀ, ਇਹਨੇ ਇੱਥੇ ਮੇਰੇ ਵੱਟ ਮਾਰੇ ਸਿਰ 'ਤੇ, ਜਤਿੰਦਰ ਨੇ। ਅਤੇ ਜਿਹੜਾ ਇੱਧਰ ਰਾਜ ਮੁੰਡਾ ਸੀ ਮਹਾਰਾਜਪੁਰ ਵਾਲਾ, ਉਹ ਵੀ ਕਹਿੰਦਾ ਸੀ ਮੇਰਾ ਪਿਸਤੌਲ ਦਿਉ, ਪਿਸਤੌਲ ਦਿਉ, ਕਿੱਥੇ ਮੇਰਾ ਪਿਸਤੌਲ। ਇੰਨੀ ਗੱਲ ਹੋ ਗਈ ਹੈ ਜਦੋਂ, ਅਤੇ ਇਹ ਮੈਨੂੰ ਲੈ ਗਏ ਗੱਡੀ 'ਚ ਪਾ ਕੇ ਉੱਧਰ ਨੂੰ ਪਠਾਨਕੋਟ ਵਾਲੀ ਸਾਈਡ, ਰਸਤੇ 'ਚ ਕਥਲੋਰ ਪੁੱਲ 'ਤੇ ਨਾਕਾ ਆਇਆ, ਉੱਥੇ ਮੁਲਾਜ਼ਮ ਨੇ ਖਿਲਾਰ ਕੇ, ਮੁਲਾਜ਼ਮ ਨੇ ਸਾਰੀ ਗੱਲ ਦੱਸੀ, ਰੋਲਾ ਰੋਲਾ ਪਾਇਆ ਉੱਥੇ ਕਿ ਇੱਦਾਂ ਮੈਨੂੰ ਕਿਡਨੈਪ ਕਰਕੇ ਲੈ ਕੇ ਜਾਣ ਡੇ, ਅਤੇ ਮੁਲਾਜ਼ਮਾਂ ਨੇ ਫਿਰ ਮੈਨੂੰ ਹੋਸਪਿਟਲ ਕੱਢਿਆ, ਅਤੇ ਇਹਨਾਂ ਨੂੰ ਫਿਰ ਥਾਣੇ ਲੈ ਗਏ ਮੁਲਾਜ਼ਮ, ਬਾਅਦ 'ਚ ਗੁਰਦਾਸਪੁਰ ਇੰਤਲਾਹ ਕਰਕੇ ਉਹਨਾਂ ਨੇ ਅਤੇ ਮੈਨੂੰ ਇੱਥੇ ਭੇਜਿਆ। ਲਾਗਤ ਭਾਜੀ ਸਰ ਕੋਈ ਨਹੀਂ, ਇਹਨਾਂ ਨੇ ਇਹ ਮੇਰਾ ਫਰੈਂਡ ਹੀ ਕੋਈ, ਪਹਿਲਾਂ ਇਹਨਾਂ ਨੇ ਉਹਦੇ 'ਤੇ ਸੱਟਾਂ ਲਾਈਆਂ ਸੀ, 326 ਦਾ ਪਰਚਾ ਹੋਇਆ ਅਤੇ ਮੁੰਡੇ ਦੇ ਦਿਲਰਾਜ 'ਤੇ। ਇਹ ਉਹੀ ਲਾਗਤ ਭਾਜੀ ਨੇ ਕਿ ਤੂੰ ਇਹਦੀ ਮਦਦ ਕਰਦਾ, ਉਹਨਾਂ ਦੇ ਨਾਲ ਜਾਣਾ, ਅਤੇ ਉਹੀ ਲਾਗਤ ਭਾਜੀ ਜਿਨ੍ਹਾਂ ਨੇ ਇੱਦਾਂ ਮੈਨੂੰ ਕੱਲ੍ਹ ਕਿਡਨੈਪ ਕਰਕੇ ਇੱਦਾਂ ਮਾਰਨ ਦੀ ਕੋਸ਼ਿਸ਼ ਕੀਤੀ ਜਾਣਾ। ਰਾਤ ਦੀ ਗੱਲ 10:30 ਵਜੇ ਪਹਿਲਾਂ ਇਹਨਾਂ ਨੇ ਉੱਥੇ ਕੁੱਟਿਆ ਮਾਰਿਆ, ਗੱਡੀ 'ਚ ਪਾ ਕੇ ਫਿਰ ਗੱਡੀ 'ਚ ਕੁੱਟਿਆ ਮਾਰਿਆ, ਫਿਰ ਮੋਟਰ 'ਤੇ ਕੁੱਟਿਆ ਮਾਰਿਆ, ਲੱਤਾਂ ਲੁੱਤਾਂ ਫੜ ਕੇ ਇੱਧਰੋਂ ਡੰਗਾਂ ਡੂੰਗਾਂ ਮਾਰੀਆਂ, ਦਾਤਰ ਮਾਰੇ, ਲੋਹੇ ਦੀ ਰਾਡ ਨਾਲ ਕੁੱਟਿਆ। ਪੁਲਿਸ ਪ੍ਰਸ਼ਾਸਨ ਕੋਈ ਮੰਗ ਜਾਂਦੇ ਹਾਂ ਕਿ ਇਹ ਜਿਹੜੇ ਮੁਲਾਜ਼ਮ ਜਿਹੜੇ ਨਾਲ ਹੋ ਕੇ ਗੁੰਡਾਗਰਦੀਆਂ ਕਰਨ ਡੇ, ਅਤੇ ਇਹਨਾਂ ਨੂੰ ਫਿਰ ਲੋਕਾਂ ਨੂੰ ਇਹ ਕੀ ਬਚਾਉਣਗੇ, ਇਹਨਾਂ ਇਹਨਾਂ ਖਿਲਾਫ਼ ਕਾਰਵਾਈ ਕੀਤੀ ਜਾਏ ਅਤੇ ਨੱਥ ਪਾਈ ਜਾਏ ਇਹਨਾਂ ਨੂੰ। ਇਹ ਅੱਜ ਸਾਡੇ ਨੋਟਸ 'ਚ ਆਇਆ ਵੀ ਇੱਥੇ ਨਾ ਇੱਕ ਕ੍ਰਿਸ ਲੜਕੇ ਨੂੰ ਜਿਹੜਾ ਹੈਗਾ ਕੁੱਟਮਾਰ ਹੋਈ ਸੀ ਅਤੇ ਉਹਨੂੰ ਕੁਝ ਮੁੰਡੇ ਚੁੱਕ ਕੇ ਲੈ ਗਏ ਸੀ, ਜਿਸ ਸੰਬੰਧੀ ਅੱਜ ਮੈਂ ਸਿਵਲ ਹਸਪਤਾਲ ਆਇਆ ਸੀ ਅਤੇ ਅਜੇ ਡਾਕਟਰ ਉਹਦਾ ਮੈਡੀਕਲ ਜਿਹੜਾ ਅਜੇ ਕਰਨਾ ਆ, ਅਤੇ ਉਹਦੇ ਪਿੱਠ 'ਤੇ ਸਰੀਰ ਦੇ ਹੋਰ ਹਿੱਸੇ 'ਤੇ ਸੱਟਾਂ ਲੱਗੀਆਂ ਬਲੰਟ ਟੈਪ, ਅਤੇ ਅਸੀਂ ਜਿਹੜਾ ਉਹਦਾ ਜਿਹੜਾ ਬਿਆਨ ਜਿਹੜਾ ਅਜੇ ਕਲਮਬੰਦ ਕਰ ਰਹੇ ਹਾਂ, ਅਤੇ ਜੋ ਵੀ ਇਹਦੀ ਕਾਰਵਾਈ ਬਣਦੀ ਹੋਏਗੀ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਸਰ, ਕਿਹਨਾਂ ਨੇ ਕੀਤਾ, ਗੁਰਦਾਸਪੁਰ ਦੇ ਮੁੰਡੇ ਜਿਨ੍ਹਾਂ ਨੇ ਚੁੱਕਿਆ ਜਾਂ ਬਾਹਰ ਦੇ? ਇਹ ਗੁਰਦਾਸਪੁਰ ਦੇ ਆਲੇ ਦੁਆਲੇ ਪਿੰਡਾਂ ਦੇ ਹੀ ਮੁੰਡੇ ਨੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ,
इस करके हुण जो बयान च लिखाएगा जिन्ने बंदयां दे नाम उन्हां दे खिलाफ़ असीं जिहड़ा हैगा एफ आई आर जरूर दर्ज कह रहे भी मुलाजम कह रहे हैं कोई ऑफ ड्यूटी वाले पर असीं उन्हूं वेरीफाई करांगे विच जरूरी करना हैगा क्योंकि उन्होंने क्यों ब्लेम लग रहा वो भी वेरीफाई बच्चे ही करा बाकी ये बयान अनुसार ही कार्रवाई होगी जो सर मुंडे काबू कर ले गए जो किडनैप करके लै गए उन्होंने असं जो है काबू किया राउंड अप किया हूँ।